ਪਹਿਲਾਂ ਤਾਂ ਇਹ ਸਮਝਣਾ ਪਊਗਾ ਕਿ ਅਸੀਂ ਖਾਣਾ ਕਿਉਂ ਖਾਣੇ ਆ ਜਿੰਦਾ ਰਹਿਣ ਵਾਸਤੇ ਖਾਣਾ ਖਾਣੇ ਬੇਸਿਕਲੀ ਤਾਂ ਇਹ ਹੀ ਨੀਡ ਜੀ ਦੂਸਰੀ ਜਿਹੜੇ ਇਨਸਾਨ ਜੁੜ ਗਿਆ ਸਵਾਦਾਂ ਦੇ ਨਾਲ ਉਹ ਉਹਨ ਸਵਾਦ ਨੂੰ ਜ਼ਿਆਦਾ ਪ੍ਰਾਥਮਿਕਤਾ ਦਿੰਦਾ ਹੈ بجائے ਕਿ ਸਿਹਤ ਦੇ ਹੂੰ ਖਾਣਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿੰਦਾ ਐਨਰਜੀ ਜੀ ਜਦੋਂ ਤੁਸੀਂ ਕੁਝ ਵੀ ਖਾਂਦੇ ਹੋ ਉਹਦੇ ਚ ਊਰਜਾ ਨਿਕਲਦੀ ਹੈ ਤਾਂ ਹੀ ਸਾਡਾ ਸਰੀਰ ਗਰਮ ਹੈ ਨਾ ਉਹ ਊਰਜਾ ਨਿਕਲਦੀ ਹੈ ਉਹ ਊਰਜਾ ਦੇ ਨਾਲ ਸਾਡਾ ਸਰੀਰ ਚੱਲਦਾ ਹਰ ਅੰਗ ਦੇ ਵਿੱਚ ਸੈੱਲ ਨੇ ਹਰੇਕ ਸੈੱਲ ਦੇ ਵਿੱਚ ਆਪਣੀ ਭੱਠੀ ਹੈ ਜਿਹਨੂੰ ਮਾਈਟੋਕੌਂਡਰੀਆ ਕਹਿੰਦੇ ਆ ਉਹਨੂੰ ਖੁਰਾਕ ਉਹਨੂੰ ਗਲੂਕੋਜ਼ ਜਿਹੜਾ ਉਹ ਖਾਣੇ ਚੋਂ ਹੀ ਨਿਕਲ ਕੇ ਮਿਲੂਗਾ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਦੂਸਰੀ ਜਿਹੜੀ ਖਾਣੇ ਦੀ ਮੇਨ ਜਿਹੜਾ ਫੰਕਸ਼ਨ ਹੈ ਹੁਣ ਤੁਹਾਡੇ ਨਖੁੰਨੇ ਗਰੋ ਕਰਦੇ ਨੇ ਉੱਗਦੇ ਨੇ ਤੁਹਾਡੇ ਵਾਲ ਨੇ ਇਹ ਵੀ ਉੱਗਦੇ ਨੇ ਸਾਡੀ ਪੂਰੀ ਚਮੜੀ ਤੇ ਸਾਰੇ ਅੰਗ ਗਰੋ ਕਰਦੇ ਨੇ ਚਮੜੀ ਨੂੰ ਜਦੋਂ ਤੁਸੀਂ ਕਈ ਵਾਰੀ ਸਾਫ਼ ਕਰੋ ਤਾਂ ਉੱਪਰੋਂ ਝੜਦੀ ਹੈ ਚਮੜੀ ਜੀ ਜੀ ਇਸੇ ਕਰਕੇ ਇਸ਼ਨਾਨ ਕਰਨ ਨੂੰ ਕਹਿੰਦੇ ਨੇ ਸਵੱਛਤਾ ਇਸ ਕਰਕੇ ਕਹਿੰਦੇ ਨੇ ਕਾਰਨ ਹੈ ਕਿ ਇਹ ਚਮੜੀ ਜਿਹੜੇ ਡੈੱਡ ਡੈੱਡ ਹੁੰਦੇ ਨੇ ਨਾ ਉੱਪਰ ਉੱਪਰ ਰਹ ਜਾਂਦੇ ਨੇ ਤੁਹਾਡੇ ਔਰ ਇਹਦੇ ਚੋਂ ਮਸਾਮ ਬੰਦ ਹੁੰਦੇ ਨੇ ਤਾਂ ਤੁਹਾਡੀ ਸਫਾਈ ਨਹੀਂ ਹੁੰਦੀ ਪੁਰਾਣੀ ਲੋਕ ਜਿਹੜੇ ਸਾਡੇ ਮਤਲਬ ਭਾਰਤ ਵਾਸੀ ਸੀਗੇ ਜਿਨ੍ਹਾਂ ਨੂੰ ਅਸੀਂ ਬੇਫੂਫੀਆਂ ਅਨਪੜ੍ਹ ਕਹਿੰਦੇ ਆ ਨਾ ਉਹ ਝਾਵਾਂ ਕਹਿੰਦੇ ਸੀ ਉਹਨੂੰ ਹੂੰ ਉਹ ਤੋਰੀ ਸੁਕਾ ਕੇ ਆਪਣਾ ਪਿੰਡਾਂ ਬਹਵਾ ਚਾਵਾ ਵੀ ਉਹ ਦੂਸਰਾ ਵੀ ਇਹ ਮਿੱਟੀ ਵਾਲਾ ਤੋਰੀ ਤੋਰੀ ਦਾ ਸੁਕਾ ਕੇ ਉਹ ਬਣਦਾ ਸੀ ਸੁੱਕੀ ਤੋਰੀ ਜਾਂ ਨਾਰੀਅਲ ਦੀ ਉਹ ਖੱਲ ਉਹਦੇ ਨਾਲ ਰਗੜ ਰਗੜ ਕੇ ਨਾਂਦੇ ਸੀ ਅੱਜ ਹੁਣ ਵਿਗਿਆਨ ਕਹਿੰਦਾ ਵੀ ਹਫ਼ਤੇ 'ਚ ਦੋ ਦਿਨ ਤੁਹਾਨੂੰ ਆਪਣੀ ਬੋਡੀ ਨੂੰ ਸਕਰਬ ਕਰਨਾ ਚਾਹੀਦਾ ਹੈ ਤਾਂ ਕਿ ਡੈੱਡ ਸੈਲਸ ਜਿਹੜੇ ਨੇ ਉਹ ਖਤਮ ਹੁੰਦੇ ਚਲੇ ਜਾਣ ਅੱਜ ਕੱਲ ਤਾਂ ਕੰਪਨੀਆਂ ਨੇ ਇੱਕ ਪਲਾਸਟਿਕ ਵਾਲੇ ਭੇਜਦੇ ਜਿਹਾ ਚਾਵੇਂ ਹਾਂ ਮਤਲਬ ਉਹ ਉਹ ਤਾਂ ਉਹਨਾਂ ਨੇ ਵੇਚਣ ਵਾਸਤੇ ਕੁਝ ਵੀ ਕਰਨਾ ਤੇ ਇਹ 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 ਜਿਹੜੀ ਸਫਾਈ ਹੈ ਦਾ ਕਾਰਨ ਹੈ ਤਾਂ ਕਿ ਡੈੱਡ ਸੈਲਸ ਨਿਕਲ ਜਾਣ ਹੁਣ ਜਿਹੜਾ ਵੀ ਅਸੀਂ ਖਾਣਾ ਖਾਂਦੇ ਆ ਸਿੱਧਾ ਤੁਹਾਡੀ ਸਟਮਕ 'ਚ ਜਾਂਦਾ ਪਾਚਣ ਵਾਸਤੇ ਉਹਦੇ 'ਚ ਤਜਾਬ ਬਣਦਾ ਸਰੀਰ ਖੁਦ ਬਣਾਉਂਦਾ ਹੈ 12 ਤਜਾਬ ਤਾਂ ਨਹੀਂ ਪੀਂਦੇ ਤੁਸੀਂ ਉਹ ਤਜਾਬ ਦੇ ਵਿੱਚੋਂ ਖਾਣਾ ਗਲਦਾ ਤਾਂ ਉਹਦੇ 'ਚੋਂ ਤੱਤ ਨਿਕਲਦੇ ਨੇ ਕਈ ਵਾਰੀ ਤੁਹਾਨੂੰ ਡਕਾਰ ਵੀ ਆਉਂਦੇ ਨੇ ਖੱਟੇ ਸਾਰੇ ਦੇ ਸਾਰੇ ਠੀਕ ਹੈ ਤੋਂ ਜਿਹੜਾ ਉਹ ਜਿਹੜੇ ਜਦੋਂ ਤਜਾਬ ਬਣਦਾ ਤੁਹਾਡੇ ਉਹਦੀ ਅੰਤੜੀਆਂ ਦੇ ਅੰਦਰਲੀ ਜਿਹੜੀ ਲਾਈਨਰ ਉਹ ਵੀ ਤੀਸਰੇ ਦਿਨ ਨਵੀਂ ਬਣਦੀ ਹੈ ਹੂੰ ਤੋਂ ਸਰੀਰ ਹਰ ਵੇਲੇ ਹਰ ਵੇਲੇ ਸਤਿਗੁਰੂ ਮੇਰਾ ਨਿਤ ਨਮਾ ਇਹ ਜੋ ਹੁਣ ਸਿਗਾ ਮਨਜੀਤ ਸਿੰਘ ਅੱਜ ਤੋਂ 5 ਮਿੰਟ ਪਹਿਲਾਂ ਹੁਣ ਨਹੀਂ ਹੈ 10 ਲੱਖ ਸੈੱਲ ਹਰ ਸਕਿੰਟ ਦੇ ਵਿੱਚ ਮਰ ਰਹੇ ਨੇ ਤੇ ਨਵੇਂ ਬਣ ਰਹੇ ਨੇ ਖਲਾਰਾ ਬਹੁਤ ਸਾਰਾ ਪਰ ਇੱਥੇ ਪਹੁੰਚਣ ਵਾਸਤੇ ਜ਼ਰੂਰੀ ਸੀਗਾ ਕਿ ਖੁਰਾਕ ਦਾ ਦੂਸਰਾ ਮੁੱਖ ਜਿਹੜਾ ਕਾਰਨ ਹੈ ਇਹ ਹੈ ਕਿ ਤੁਹਾਡੇ ਉਹ ਸੈੱਲ ਬਣਦੇ ਰਹਿਣ ਉਹ ਤਾਂ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਚਾਹੀਦੀ ਇਨਸਾਨ ਨੂੰ ਉਹ ਜੇ ਤੁਸੀਂ ਕਮਰਾ ਬਣਾਉਣਾ ਹੈ ਇੱਟਾਂ ਸਿਮਿੰਟ ਰੇਤਾ ਬਜਰੀ ਸਰੀ ਛਤੀ ਪਦਾਰਥ ਚਾਹੀਦੇ ਨੇ ਤਾਂ ਇੱਥੇ ਜਿਹੜੇ ਅੱਖਾਂ ਬਣਾਉਣੀਆਂ ਲਿਵਰ ਬਣਾਉਣਾ ਸਕਿਨ ਬਣਾਉਣੀ ਹੈ ਖੂਨ ਬਣਾਉਣਾ ਹੈ ਤਾਂ ਉਹਨੂੰ ਤੱਤ ਚਾਹੀਦੇ ਨੇ ਅਲੱਗ-ਅਲੱਗ ਉਹ ਤੱਤਾਂ ਨੂੰ ਸਰਲ ਮਤਲਬ ਵਿਗਿਆਨਿਕ ਭਾਸ਼ਾ ਦੇ ਵਿੱਚ ਇੱਕ ਕਹਿੰਦੇ ਅਮੀਨੋ ਐਸਿਡਸ ਇੱਕ ਹਮਨੇ ਫੈਟੀ ਐਸਿਡਸ ਅਸੈਂਸ਼ੀਅਲ ਅਸੈਂਸ਼ੀਅਲ ਮਤਲਬ ਬਹੁਤ ਜ਼ਰੂਰੀ ਉਹ ਤੱਤ ਜੇ ਅਸੀਂ ਨਹੀਂ ਦਵਾਂਗੇ ਤਾਂ ਸਰੀਰ ਉਹ ਚੀਜ਼ਾਂ ਨਹੀਂ ਬਣਾ ਪਾਊਗਾ ਜਦੋਂ ਉਹ ਸੈੱਲ ਨਹੀਂ ਬਣਾ ਪਾਊਗਾ ਤਾਂ ਤੁਹਾਨੂੰ ਉਹਦੀ ਕਮਜ਼ੋਰੀ ਆਊਗੀ ਉਸ ਚੀਜ਼ ਦੀ। ਤੋਂ ਇਹਨੂੰ ਪ੍ਰੋਟੀਨਸ ਕਹਿੰਦੇ ਆ ਸਰਲ ਭਾਸ਼ਾ ਦੇ ਵਿੱਚ ਇਹਨੂੰ ਪ੍ਰੋਟੀਨ ਕਹਿੰਦੇ ਆ ਠੀਕ ਹੈ। ਤੋਂ ਜਦੋਂ ਅਸੀਂ ਕੋਈ ਵੀ ਅਨਾਜ ਖਾਂਦੇ ਆ ਹੋਰ ਖਾਂਦੇ ਆ ਇਹ ਸਾਰਾ ਪੈਕੇਜ ਦੇ ਵਿੱਚ ਆਂਦਾ ਇਹਦੇ ਵਿੱਚ ਕੁਝ ਥੋੜੀ ਪ੍ਰੋਟੀਨ ਹੁੰਦੀ ਹੈ ਥੋੜੀ ਕਾਰਬੋਹਾਈਡਰੇਟ ਹੁੰਦੀ ਹੈ ਥੋੜਾ ਥੋੜਾ ਸਭ ਕੁਝ ਹੁੰਦਾ। ਤੋਂ ਜਿਹੜੀ ਪ੍ਰੋਟੀਨ ਦੀ ਜੇ ਤੁਹਾਡੀ ਪੂਰਤੀ ਨਹੀਂ ਹੁੰਦੀ ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ। ਪਰ ਮਨਲਾ ਸੋਕੇ ਵਾਲੀ ਬਿਮਾਰੀ ਹੈ ਹਾਂ ਇਹ ਇਹ ਇੱਥੇ ਇੱਥੇ ਵੀ ਆ ਜਾਗੇ ਆਪਾਂ ਤੁਹਾਡਾ ਸੋਕਾ ਜੇ ਦੂਰ ਨਾ ਹੋਊਗਾ ਤਾਂ ਅੱਗੇ ਤੋਂ ਇੰਟਰਵਿਊ ਨਾ ਕਰਿਓ ਮੇਰੇ ਅੱਛਾ ਹਾਂ ਆਪਾਂ ਜਦ ਤੱਕ ਖੁਰਾਕ ਨੂੰ ਨਹੀਂ ਸਮਝਦੇ ਮੋਟਾ ਬੰਦਾ ਪਤਲਾ ਤੇ ਪਤਲਾ ਬੰਦਾ ਮੋਟਾ ਮਤਲਬ ਮੋਟਾ ਔਰ ਪਤਲਾ ਦੋਨੇ ਹੀ ਵਰਡ ਗੜਬੜ ਵਾਲੇ ਨੇ ਸਹੀ ਜਿੰਨਾ ਤੁਹਾਡਾ ਸਰੀਰ ਤਾਂ ਹੋਊਗਾ ਜੇ ਉਹਨੂੰ ਸਹੀ ਤੱਤ ਮਿਲਣਗੇ ਤੋ ਅਮਾਈਨੋ ਐਸਿਡ ਕੀ ਨੇ ਸਮਝ ਲਿਏ ਥੋੜਾ ਟੈਕਨੀਕਲ ਹੋ ਰਿਹਾ ਪਰ ਹਰ ਬੰਦਾ ਅੱਜ ਦੀ ਡੇਟ ਦੇ ਵਿੱਚ ਇਹਨੂੰ ਸਮਝ ਸਕਦਾ ਐਨਾਂ ਜੇ ਆਪਾਂ ਕਾਰ ਚਲਾਣੀ ਸਿੱਖ ਸਕਦੇ ਆ ਮੋਬਾਈਲ ਚਲਾਉਣਾ ਸਿੱਖ ਸਕਦੇ ਆ ਇਹਨੂੰ ਸਮਝਣ ਚ ਕਿੰਨਾ ਕੁ ਮੁਸ਼ਕਲ ਹੈ ਹੂੰ ਤੋ ਐਸੈਂਸ਼ੀਅਲ ਮਤਲਬ ਜ਼ਰੂਰੀ ਅਮਾਈਨੋ ਐਸਿਡ ਜਿਹੜੇ ਨੇ ਉਹ ਹੈਗੇ ਨੇ 9 10 ਵੀ ਕਹਿੰਦੇ ਨੇ 9 ਐਸੈਂਸ਼ੀਅਲ ਐਸਿਡ ਦਾ ਹਰ ਹਾਲਤ ਦੇ ਵਿੱਚ ਸਾਨੂੰ ਚਾਹੀਦੇ ਹੀ ਚਾਹੀਦੇ ਨੇ ਐ ਸਮਝ ਲਓ ਵੀ ਉਹ 35 ਅੱਖਰੀ ਹੈ ਊੜਾ ਏੜਾ ਈੜੀ ਸਸਾ ਹਾ ਕਕਾ ਹੂੰ ਇਹ ਜਦੋਂ ਤੁਸੀਂ ਕੋਈ ਵੀ ਪ੍ਰੋਟੀਨ ਖਾਂਦੇ ਹੋ ਤਾਂ ਉਹਨੂੰ ਇਹ ਅੱਖਰਾਂ 'ਚ ਤੋੜ ਲੈਂਦਾ ਸਰੀਰ ਤੁਹਾਡਾ ਜੀ ਫਿਰ ਉਹ ਅੱਖਰਾਂ ਨਾਲ ਆਪਣੇ ਅੱਖਰ ਲਿਖਦਾ ਪ੍ਰੋਟੀਨਸ ਆਪਣੀਆਂ ਬਣਾਉਂਦਾ ਉਹ ਜਿਹੜੀ ਵੀ ਤੁਸੀਂ ਪ੍ਰੋਟੀਨ ਲਈ ਉਹਨੂੰ ਮਾਇਨੋ ਐਸਿਡਸ ਦੇ ਵਿੱਚ ਉਹਨੇ ਤੋੜ ਲਿਆ ਫਿਰ ਅਲੱਗ ਤੋਂ ਲਿਖਣਾ ਸ਼ੁਰੂ ਕਰਦਾ ਹੁਣ ਤੁਸੀਂ ਇਹ ਮੰਨੋ ਕਿ ਤੁਸੀਂ ਨੌ ਜਿਹੜਾ ਪ੍ਰੋਟੀਨ ਖਾਈ ਉਹਦੇ ਵਿੱਚ ਊੜਾ ਮਿਸਿੰਗ ਸੀਗਾ ਸਮਝਣ ਵਾਸਤੇ ਤਾਂ ਊੜੇ ਨਾਲ ਬਣਨ ਵਾਲਾ ਕੋਈ ਵੀ ਸ਼ਬਦ ਨਹੀਂ ਲਿਖ ਸਕੂਗਾ ਹੂੰ ਤਾਂ ਜਦੋਂ ਚੇਨ ਨੌ ਦੀ ਪੂਰੀ ਨਹੀਂ ਹੈਗੀ ਅੱਠ ਨੇ ਤਾਂ ਨੌ ਦੇ ਨੌ ਨੂੰ ਰਿਜੈਕਟ ਕਰ ਦਿੰਦੀ ਹੈ ਬਾਡੀ ਸਾਰੇ ਨੂੰ ਹਾਂ ਉਹਨੂੰ ਉਹਦਾ ਗਲੂਕੋਜ਼ ਬਣਾ ਦਿੰਦੀ ਹੈ ਉਹ ਚਰਬੀ ਬਣ ਕੇ ਤੁਹਾਡੇ ਅੰਦਰ ਉਹ ਜੰਮਦਾ ਜਾਂ ਜਿਹੜੇ ਤੁਹਾਡੇ ਵਰਗਿਆਂ ਦੀ ਪਾਚਣ ਦੀ ਪ੍ਰੋਬਲਮ ਹੈਗੀ ਹੈ ਉਹ ਬਾਹਰ ਨਿਕਲ ਜਾਂਦਾ ਉਹ ਯੂਜ਼ ਹੀ ਨਹੀਂ ਹੁੰਦਾ ਤੋਂ ਸਾਨੂੰ ਨੌ ਅਮਾਇਨੋ ਐਸਿਡ ਜਿਹੜੇ ਨੇ ਪੂਰਾ ਚੇਨ ਜਿਹੜਾ ਹੈ ਉਹ ਖਾਣਾ ਬਹੁਤ 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 ਜ਼ਰੂਰੀ ਹੈ ਤੋਂ ਪ੍ਰੋਟੀਨ ਕਿੱਥੋਂ ਮਿਲਦੇ ਨੇ ਜਿਹੜੇ ਸਾਡਾ ਵੈਜੀਟੇਰੀਅਨ ਭੋਜਨ ਹੈ ਉਹਦੇ 'ਚ ਵੀ ਪ੍ਰੋਟੀਨਸ ਨੇ ਲੇਕਿਨ ਜਦੋਂ ਤੁਸੀਂ ਵੈਜੀਟੇਰੀਅਨ ਭੋਜਨ ਖਾਂਦੇ ਹੋ ਸ਼ਾਕਾਹਾਰੀ ਜਿਹੜਾ ਹੈਗਾ ਤੁਹਾਡਾ ਭੋਜਨ ਖਾਣੇ ਕੋਈ ਵੀ ਤਰ੍ਹਾਂ ਦਾ ਜਿੰਨੀ ਮਰਜ਼ੀ ਪ੍ਰੋਟੀਨ ਹੋਵੇ ਸੋਇਆ ਉਹਦੇ ਵਿੱਚ ਮੈਕਸਿਮਮ ਪ੍ਰੋਟੀਨ ਹੈ ਉਹਦੇ ਵਿੱਚ ਪੂਰੀ 35 ਅਖਰੀ ਜਿਹੜੀ ਹੈਗੀ ਨਾ ਉਹ ਸਿਰਫ 7% ਹੈ ਅੱਛਾ ਜੇ ਤੁਸੀਂ 100 ਗ੍ਰਾਮ ਖਾਇਆ ਤਾਂ ਉਹਦੇ ਚ ਸਿਰਫ 7 ਗ੍ਰਾਮ ਦੀ ਐਬਸਾਰਪਸ਼ਨ ਹੋਗੀ ਬਾਕੀ ਰਿਜੈਕਟ ਹੋ ਜਾਊਗਾ ਸਾਰਾ ਦਾ ਸਾਰਾ ਹੂੰ ਜਿਹੜੀ ਮੈਕਸਿਮਮ ਪ੍ਰੋਟੀਨ ਦੀ ਚੇਨ ਕੰਪਲੀਟ ਚੇਨ ਤੁਹਾਨੂੰ ਮਿਲਦੀ ਹੈ ਉਹ ਸਿਰਫ ਔਰ ਸਿਰਫ ਅੰਡੇ ਤੋਂ ਮਿਲਦੀ ਹੈ ਜਿੰਨਾ ਵੀ ਪ੍ਰੋਟੀਨ ਅੰਡੇ ਦੇ ਵਿੱਚ ਹੈਗਾ ਹੈ ਉਦੇ ਚ 50% ਜਿਹੜਾ ਉਹ ਕੰਪਲੀਟ 35 ਅਖਰੀ ਹੈ ਜਿਹਨੂੰ ਕੰਪਲੀਟ ਬੋਡੀ ਤੁਹਾਡਾ ਯੂਟ ਕਰ ਯੂਜ਼ ਕਰ ਸਕਦੀ ਹੈ